ਇਹਦੇ ਵਿੱਚ ਇੱਕ ਗਰੀਸ ਦੀ ਬੜੀ ਸਮੱਸਿਆ ਆਉਂਦੀ ਸੀ ਜੀ ਪਹਿਲਾਂ ਆਪਣੇ ਕਟਰ ਦੇ ਵਿੱਚ। ਹਾਂਜੀ ਹਾਂਜੀ ਬਿਲਕੁਲ। ਫਿਰ ਉਹਦਾ ਕੋਈ ਹੱਲ ਕਰਿਆ ਕਿ ਨਹੀਂ? ਉਹਦੇ ਸਰ ਗਰੀਸ ਆਉਂਦਾ ਕਰਤਾ ਜੀ, ਜਿਵੇਂ ਗਰਾਰੀਆਂ ਦੇ ਵਿੱਚ ਤੁਸੀਂ ਇੱਥੇ ਦੇਖੋਗੇ ਨਾ, ਇਹ ਗਰੀਸ ਲਈ ਸਪੈਸ਼ਲ ਇਹਦੇ ਹੈਗਾ ਸੁਰਾਖ ਮਾਰ ਕੇ। ਅੱਛਾ, ਇਹਦੇ ਵਿੱਚ ਮਾਰ? ਹਾਂਜੀ ਹਾਂਜੀ, ਗਰਾਰੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਉੱਪਰੋਂ ਦੇਖ ਸਕਦੇ ਹੋ, ਸੁਰਾਖ ਜਿਹੜਾ ਹੈਗਾ ਪੈਂਦਾ ਕਰਤਾ, ਗਰੀਸ ਆਏਗਾ ਪ੍ਰੋਪਰਲੀ। ਪਹਿਲਾਂ ਸਿੰਗਲ ਪਾਉਂਦੇ ਸੀ? ਸਿੰਗਲ ਪੈਂਦਾ ਸੀ ਜੀ, ਤਕਰੀਬਨ ਜ਼ਿਆਦਾਤਰ ਕਟਰਾਂ ਦੇ ਅੱਜ ਵੀ ਸਿੰਗਲ ਹੀ ਪੈ ਰਿਹਾ। ਆਪਾਂ ਜਿਹੜਾ ਹੈਗਾ ਇੱਥੇ ਡਬਲ ਬੈਰਿੰਗ ਕਰਤਾ ਜੀ। ਡਬਲ ਬੈਰਿੰਗ ਨਾਲ ਕੀ ਆ, ਇੱਥੇ ਜਿਹੜਾ ਘਾਹ ਫਸਣ ਦੀ ਦਿੱਕਤ ਆਉਂਦੀ ਸੀ ਉਹ ਬਿਲਕੁਲ ਖਤਮ ਹੋ ਗਈ। ਅੱਛਾ ਵੀਰ ਜੀ, ਅਤੇ ਅਸੀਂ ਜਿਹੜਾ ਡਿਜ਼ਾਈਨ ਹੈ ਪਿਛਲੇ ਸਾਲ ਕਾਫੀ ਚੇਂਜ ਕਰਕੇ ਕਟਰ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਤਾ ਸੀ ਜੀ, ਜਿਹਦਾ ਕਿ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ। ਅਤੇ ਜਿੰਨੇ ਵੀ ਕਿਸਾਨ ਵੀਰਾਂ ਨੇ ਸਾਡਾ ਪਿਛਲੇ ਸੀਜ਼ਨ ਕਟਰ ਖਰੀਦਿਆ ਸੀ ਜੀ, ਉਹਨਾਂ ਦੇ ਜਿਹੜੇ ਰਿਵਿਊ ਸੀ ਬਹੁਤ ਚੰਗੇ ਸੀ, ਅਤੇ ਉਹਨਾਂ ਦੀ ਉਹਨਾਂ ਨੇ ਸਾਨੂੰ ਦੱਸਿਆ ਕਿ ਆਹ ਹੋਰ ਜਿਹੜੇ ਹੈਗੇ ਆ ਸੁਧਾਰ ਅਸੀਂ ਕਰ ਸਕਦੇ ਹਾਂ। ਅੱਛਾ, ਚਲੋ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਮੱਕੀ ਦੀ ਕਟਾਈ ਕਰ ਦਿੰਦੀ ਆ। ਉਹ ਲੱਗੀ ਹੋਈ ਹੈ ਬਿੱਟ? ਬਿੱਟ ਹਾਂ, ਬਿਲਕੁਲ ਬਿਲਕੁਲ, ਬਿੱਟ ਬਕਾਇਦਾ ਦਿੰਦੀ ਹੈ ਜੀ। ਹਾਂਜੀ, ਪਤਾ ਲੱਗਦਾ ਉਹ ਦੇਖੋ। ਪਰ ਅੱਜ ਕੱਲ੍ਹ ਕੀ ਹੈ ਨਾ ਜੀ, ਬਿੱਟ ਬਲੇਡ ਜਿਹੜਾ ਹੈਗਾ ਉਹ ਇੰਡੀਆ 'ਚ ਵੀ ਕਈ ਜਗ੍ਹਾ ਬਣਨ ਲੱਗ ਗਿਆ। ਅੱਛਾ, ਮਤਲਬ ਘੋੜੀ ਤਾਂ ਲਾਤੀ ਜੀ ਵੀ ਆਪਣਾ ਕਟਰ ਲਾਉਣਾ ਜਾਂ ਫਿਲਡ ਖੇਤ ਦੇ ਵਿੱਚ ਕੰਮ ਕਰਨਾ ਤਾਂ ਆਪਾਂ ਲਾ ਕੇ ਮਸ਼ੀਨ ਦਾ ਕੰਮ ਕਰ ਸਕਦੇ। ਕਈ ਵਾਰੀ ਤੁਸੀਂ ਕੋਈ ਫੀਡਰ ਦੀਆਂ ਚੈਨਾਂ ਚੈੱਕ ਕਰਨੀਆਂ ਨੇ ਖੇਤ ਦੇ ਵਿੱਚ, ਕਟਰਾਲਾ ਤੁਹਾਡਾ ਦੂਰ ਖੜਾ ਜੀ, ਜਾਂ ਕਈ ਵਾਰੀ ਤੁਸੀਂ ਕੋਈ ਫੀਡਰ ਚੈੱਕ ਕਰਨਾ ਜਾਂ ਥਰੈਸ਼ਰ ਦੇ ਵਿੱਚ ਕੋਈ ਤੁਹਾਨੂੰ ਲੋੜ ਪੈ ਗਈ ਕਿਸੇ ਚੀਜ਼ ਦੀ ਚੈੱਕ ਕਰਨ ਦੀ, ਤਾਂ ਖੇਤ ਦੇ ਵਿੱਚ ਤੁਹਾਨੂੰ ਦੂਰੋਂ ਟਰਾਲਾ ਲੈ ਕੇ ਆਉਣ ਦੀ ਜ਼ਰੂਰਤ ਨਹੀਂ, ਤੁਹਾਡਾ ਟਾਈਮ ਬਚੂਗਾ। ਇਹ ਨਟ ਖੋਲ੍ਹ ਕੇ ਤੁਸੀਂ ਇਹਨੂੰ ਘੋੜੀ ਦੇ ਨਾਲ ਹੋਲਡ ਕਰ ਸਕਦੇ ਹੋ, ਉਸ ਤੋਂ ਬਾਅਦ ਜਿਹੜਾ ਫੀਡਰ ਹੈਗਾ ਉੱਥੋਂ ਹੀ ਉਹਨੂੰ ਚੱਕ ਲੂਗਾ ਜੀ। ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਅੱਜ ਤੁਹਾਨੂੰ ਕਰਤਾਰ ਕੰਪਨੀ ਦਾ ਕਟਰ ਆ ਜਿਹੜਾ ਮੱਕੀ ਵਾਲਾ, ਹੈ ਨਾ, ਇਹਦੇ ਬਾਰੇ ਗੱਲ ਕਰਾਂਗੇ ਵੀ 2024 ਦੇ ਵਿੱਚ ਨਾ ਕੀ ਕਰਤਾਰ ਕੰਬਾਈਨ ਨਵਾਂ ਜ਼ਿਮੀਂਦਾਰ ਭਰਾਵਾਂ ਵਾਸਤੇ ਲੈ ਕੇ ਆ ਰਹੀ ਆ, ਔਰ ਕਟਰ ਦੇ ਵਿੱਚ ਕੀ ਪਹਿਲਾਂ ਨਾਲੋਂ ਫਰਕ ਪਿਆ, ਹੈ ਨਾ। ਬਾਕੀ ਸਾਰੀ ਗੱਲਬਾਤ ਅੱਜ ਕਰਦੇ ਹਾਂ। ਚੈਨ ਬਲੇਡ ਜੋ ਵੀ ਇਹਦੇ ਵਿੱਚ ਮੇਨ ਪੁਆਇੰਟ ਆ ਉਹ ਸੋਧ 'ਚ ਆਇਆ ਕਿ ਨਹੀਂ ਆਇਆ, ਸਾਰੀ ਗੱਲਬਾਤ ਕਰਦੇ ਹਾਂ ਵੀਡੀਓ ਸਟਾਰਟ। ਆਪਣੇ ਨਾਲ ਕਰਤਾਰ ਕੰਬਾਈਨ ਤੋਂ ਇੱਧਰ ਨਿਰਮਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਧਰ ਆਪਣਾ ਫੋਰਮੈਨ ਪਰਗਟ ਬਾਈ, ਸਤਿ ਸ਼੍ਰੀ ਅਕਾਲ ਜੀ। ਕਰੀਏ ਜੀ ਗੱਲ ਫਿਰ ਆਪਾਂ ਹੁਣ ਜ਼ਿਮੀਂਦਾਰ ਭਰਾਵਾਂ ਨੂੰ, ਕਿਆ ਨਵੇਂ 2024 ਦੇ ਮਾਡਲ ਦੇ ਵਿੱਚ ਕਟਰ 'ਚ ਕੀ ਨਵਾਂ ਦੇਣ ਜਾ ਰਹੇ ਹਾਂ? ਹਾਂਜੀ, ਅਸੀਂ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਹਾਂ ਸਾਡੀ ਨਵੀਂ ਵੀਡੀਓ ਦੇ ਵਿੱਚ, ਜੋ ਕਿ ਅਸੀਂ ਆਪਣੇ ਕਰਤਾਰ ਮੇਜ਼ ਹੈਡਰ ਦੀ ਵੀਡੀਓ ਅੱਜ ਨਰਿੰਦਰ ਭਾਅ ਜੀ ਪਹੁੰਚੇ ਆ ਸਾਡੇ ਕੋਲ ਜੀ। ਅਤੇ ਅਸੀਂ ਜਿਹੜਾ ਡਿਜ਼ਾਈਨ ਹੈ ਪਿਛਲੇ ਸਾਲ ਕਾਫੀ ਚੇਂਜ ਕਰਕੇ ਕਟਰ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਤਾ ਸੀ ਜੀ, ਜਿਹਦਾ ਕਿ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ। ਅਤੇ ਜਿੰਨੇ ਵੀ ਕਿਸਾਨ ਵੀਰਾਂ ਨੇ ਸਾਡਾ ਪਿਛਲੇ ਸੀਜ਼ਨ ਕਟਰ ਖਰੀਦਿਆ ਸੀ ਜੀ, ਉਹਨਾਂ ਦੇ ਜਿਹੜੇ ਰਿਵਿਊ ਸੀ ਬਹੁਤ ਚੰਗੇ ਸੀ, ਅਤੇ ਉਹਨਾਂ ਦੀ ਉਹਨਾਂ ਨੇ ਸਾਨੂੰ ਦੱਸਿਆ ਕਿ ਆਹ ਹੋਰ ਜਿਹੜੇ ਹੈਗੇ ਆ ਸੁਧਾਰ ਅਸੀਂ ਕਰ ਸਕਦੇ ਹਾਂ। ਅੱਛਾ, ਮਤਲਬ ਤੁਸੀਂ ਕਿਸਾਨ ਜ਼ਿਮੀਂਦਾਰ ਭਰਾਵਾਂ ਦੇ ਕਹਿਣ 'ਤੇ ਸੁਧਾਰ ਕਰਿਆ ਜੋ ਜੀ? ਬਿਲਕੁਲ ਬਿਲਕੁਲ ਜੀ, ਅਸੀਂ ਕੰਬਾਈਨ ਦੇ ਵਿੱਚ ਵੀ ਅਤੇ ਮੱਕੀ ਦੇ ਕਟਰ ਜੋ ਵੀ ਅਸੀਂ ਪ੍ਰੋਡਕਟ ਬਣਾਉਂਦੇ ਹਾਂ, ਅਸੀਂ ਜਿਹੜੇ ਰਿਵਿਊ ਆ ਫਾਰਮਰ ਦਾ ਜ਼ਰੂਰ ਲੈਂਦੇ ਹਾਂ ਸੀਜ਼ਨ ਬਾਅਦ। ਸਾਡੀ ਟੀਮ ਜਾਂਦੀ ਆ ਸਪੈਸ਼ਲੀ ਫੀਲਡ ਦੇ ਵਿੱਚ ਵੀ ਜਾਂਦੇ ਆ ਬੰਦੇ, ਸਾਡੇ ਕਾਲਿੰਗ ਕਰਦੇ ਆ ਬੰਦੇ, ਜਿਹੜੇ ਸਾਡੀ ਟੀਮ ਹੈ ਕਾਲਿੰਗ ਵਾਲੀ ਜੀ, ਉਹ ਪੂਰੇ ਸਾਰਿਆਂ ਦੇ ਰਿਵਿਊ ਅਸੀਂ ਇਕੱਠੇ ਕਰਦੇ ਹਾਂ। ਉਸ ਤੋਂ ਬਾਅਦ ਜਿਹੜਾ ਸਾਨੂੰ ਮਤਲਬ ਲੱਗਦਾ ਕਿ ਇਹ ਜਿਹੜੇ ਚੇਂਜਸ ਹੈਗੇ ਅਸੀਂ ਹੋਰ ਕਰਕੇ ਹੋਰ ਵਧੀਆ ਸੁਧਾਰ ਕਰ ਸਕਦੇ ਹਾਂ, ਤਾਂ ਕਿ ਜਿਹੜਾ ਫਾਰਮਰ ਦਾ ਟਾਈਮ ਹੈ ਕਟਾਈ, ਦੇਖੋ ਹਾਰਵੈਸਟਰ ਜਿਹੜੀ ਮੱਕੀ ਦੀ ਆ ਟਾਈਮਿੰਗ ਲਿਮਿਟਡ ਪੀਰੀਅਡ ਟਾਈਮ ਹੈ ਜੀ, ਕਿਉਂਕਿ ਉਦੋਂ ਬਾਅਦ ਝੋਨੇ ਦੀ ਫਸਲ ਲਾਉਣੀ ਹੁੰਦੀ ਆ ਕਿਸਾਨ ਜੀ, ਸ਼ੋਰਟ ਟਾਈਮ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਵੀ ਕਟਰ ਹੈ ਜਿਹੜਾ ਆਪਣਾ ਉਹ ਵੱਧ ਤੋਂ ਵੱਧ ਪ੍ਰਤੀ ਦਿਨ ਮੱਕੀ ਕੱਟਿਆ ਜਾਵੇ, ਜ਼ਿਆਦਾ ਹਾਂ ਜ਼ਿਆਦਾ ਕਟਾਈ ਕਰੂਗਾ ਤਾਂ ਘੱਟ ਸਮੇਂ ਦੇ ਵਿੱਚ ਉਹਦਾ ਪ੍ਰੋਫਿਟ ਵੀ ਜ਼ਿਆਦਾ ਹੋਊਗਾ, ਅਤੇ ਜ਼ਿਮੀਂਦਾਰ ਨੂੰ ਜਿਹੜਾ ਹੈਗਾ ਕਟਰ ਬਾਰ ਚੱਲੇਗਾ ਤਾਂ ਸਾਰੇ ਜਿਹੜੇ ਹੈਗੇ ਆ ਉਹ ਜ਼ਿਮੀਂਦਾਰ ਆਪਣਾ ਪ੍ਰੋਫਿਟ ਵਧਾਉਣਗੇ ਅਤੇ ਕੰਮ ਜਲਦੀ ਹੋਊਗਾ ਜੀ। ਜੀ ਜੀ,
ਬਾਕੀ ਉਹ ਕਰੀਏ ਗੱਲ ਸ਼ੁਰੂ ਆਪਾਂ ਵੀ ਹੁਣ ਇਹਦੇ ਵਿੱਚ ਕੀ ਜ਼ਿਆਦਾ ਜ਼ਰੂਰੀ ਚੀਜ਼ਾਂ ਜਿਹੜੀਆਂ ਮੰਨ ਲਓ ਜ਼ਿਆਦਾ ਜ਼ਰੂਰੀ ਪੁਆਇੰਟ ਆ ਜਿਹੜੇ ਜ਼ਰੂਰੀ ਇਹਦਾ ਜਿਹੜਾ ਜੀ ਦੇਖੋ ਪੂਰਾ ਪੂਰੇ ਦਾ ਪੂਰਾ ਇੱਕ ਤਾਂ ਡਿਜ਼ਾਇਨ ਹੈ ਜਿਹੜਾ ਹੈਗਾ ਅਸੀਂ ਆਪਣਾ ਚੇਂਜ ਕੀਤਾ ਜੀ ਜਿਹੜੇ ਬੋਕਸ ਹੈਗੇ ਇਹਦੇ ਉੱਪਰ ਲੱਗੇ ਆ ਇਹਨਾਂ ਦਾ ਥੋੜ੍ਹਾ ਹਲਕਾ ਡਿਜ਼ਾਇਨ ਅਸੀਂ ਟੇਪਰ ਹੈ ਜਿਹੜੀ ਉਹ ਚੇਂਜ ਕੀਤੀ ਆ ਅੱਛਾ ਜਿਹੜੇ ਆਹ ਲੱਗੇ ਹੋਏ ਹਾਂਜੀ ਹਾਂਜੀ ਤਾਂ ਕਿ ਮੱਕੀ ਦੀ ਜਿਹੜੀ ਛੱਲੀ ਆ ਉਹ ਇੱਥੇ ਰੁਕੇ ਨਾ ਤਿਲਕ ਕੇ ਨੀਚੇ ਆਪਣਾ ਜਿਹੜਾ ਹੈਗਾ ਚਾਈਨਾ ਦੇ ਨਾਲ ਅੰਦਰ ਚਲੀ ਜਾਵੇ ਜੀ ਹਲਕਾ ਜਿਹਾ ਬਰਮ ਦਾ ਵੀ ਡਿਜ਼ਾਇਨ ਚੇਂਜ ਕੀਤਾ ਅੱਛਾ ਉਹ ਬਰਮ ਦਾ ਜੀ ਇਹਦੇ ਵਿੱਚ ਕੀ ਚੇਂਜ ਕੀਤਾ ਜੀ ਇਹਦੇ ਜਿਹੜੇ ਹੈਗੇ ਜੀ ਇਹਦੀ ਡਿਗਰੀ ਹਲਕੀ ਚੇਂਜ ਕੀਤੀ ਆ ਜੀ ਅਤੇ ਇਸ ਤੋਂ ਬਾਅਦ ਜਿਹੜੀ ਚਾਈਨਾ ਉਹ ਆਪਾਂ ਡਾਇਮੰਡ ਦੀ ਪਾਉਂਦੇ ਹਾਂ ਤਕਰੀਬਨ 100% ਅੱਛਾ ਜਿਹੜੀ ਆਹ ਚਾਈਨਾ ਚੱਲਦੀਆਂ ਜੀ ਹਾਂਜੀ ਹਾਂਜੀ ਅੱਛਾ ਡਾਇਮੰਡ ਦੀ ਯੂਜ਼ ਕਰਦੇ ਹੋ ਜੀ 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 ਇਹਦੀ ਜਿਹੜੀ ਗਰਾਰੀ ਹੈ ਉਹ ਅਸੀਂ ਵੱਡੀ ਕੀਤੀ ਹੈ ਥੋੜ੍ਹੀ ਪਹਿਲਾਂ ਨਾਲੋਂ ਪਿਛਲੇ ਸਾਲ ਨਾਲੋਂ ਤੁਸੀਂ ਦੇਖੋਗੇ ਇਹ ਫਰੰਟ 'ਤੇ ਜਿਹੜੀ ਗਰਾਰੀ ਹੈ ਜੀ ਆਮ ਸਾਰੇ ਕਟਰਾਂ ਦੇ ਵਿੱਚ ਤੁਸੀਂ ਅੱਜ ਵੀ ਦੇਖੋਗੇ ਤਾਂ ਇਹਦੇ ਨਾਲੋਂ ਕਾਫੀ ਛੋਟੀ ਜਿਹੜੀ ਗਰਾਰੀ ਪਾਈ ਜਾਂਦੀ ਹੈ ਜੀ ਇਹ ਵੱਡੀ ਗਰਾਰੀ ਹੋਣ ਨਾਲ ਕੀ ਹੈ ਜੀ ਜਿਹੜਾ ਟੰਡ ਆ ਦੂਰ ਤੋਂ ਇਹਨੇ ਫੜ ਲੈਣਾ ਜੀ ਇਹਦੀ ਕਵਰਿੰਗ ਇਹਦੇ ਗੇੜ ਵੱਧ ਗਿਆ ਬਾਹਰ ਆ ਗਈ ਥੋੜੀ ਜਿਹੀ ਚੈਨ ਕਵਰਿੰਗ ਵੱਧ ਗਈ ਇਹਦੀ ਜੀ ਜੀ ਕਵਰਿੰਗ ਵੱਧ ਗਈ ਇਹਨੇ ਦੂਰੋਂ ਟਾਂਡੇ ਨੂੰ ਆਪਣੇ ਕਵਰ ਕਰ ਲੈਣਾ ਜੀ ਤੇ ਚੈਨ ਡਾਇਮੰਡ ਦੀ ਹੋ ਗਈ ਗਰਾਰੀਆਂ ਜਿਹੜੀਆਂ ਹੈਗੀਆਂ ਹੈਵੀ ਡਿਊਟੀ ਨੇ ਤੇ ਟੈਂਪਰ ਹੈਗੀਆਂ ਗਰਾਰੀਆਂ ਸਾਰੀਆਂ ਜੀ ਠੀਕ ਹੈ ਜੀ ਤੇ ਇਹਦੇ ਬਲੇਡ ਜਿਹੜਾ ਹੈਗਾ ਉਹ ਤਾਂ ਇਟਾਲੀਅਨ ਬਿੱਟ ਬਲੇਡ ਸ਼ੁਰੂ ਤੋਂ ਹੀ ਆਪਾਂ ਲਾ ਰਹੇ ਹਾਂ ਇਟਾਲੀਅਨ ਬਿੱਟ ਬਲੇਡ ਜਿਹਦੇ ਅੱਗੇ ਬਿੱਟ ਲੱਗੀ ਹੁੰਦੀ ਆ ਬਿੱਟ ਜਿਹੜੀ ਹੈਗੀ ਹੈ ਜੀ ਉਹ ਤਕਰੀਬਨ ਇਹ ਲਾ ਕੇ ਚੱਲੋ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਮੱਕੀ ਦੀ ਕਟਾਈ ਕਰ ਦਿੰਦੀ ਆ ਉਹ ਲੱਗੀ ਹੋਈ ਹੈ ਬਿੱਟ ਹਾਂ ਬਿਲਕੁਲ ਬਿੱਟ ਬਕਾਇਦਾ ਦਿੰਦੀ ਹੈ ਜੀ ਹਾਂਜੀ ਪਤਾ ਲੱਗਦਾ ਉਹ ਦੇਖੋ ਪਰ ਅੱਜ ਕੱਲ੍ਹ ਕੀ ਹੈ ਨਾ ਜੀ ਬਿੱਟ ਬਲੇਡ ਜਿਹੜਾ ਹੈਗਾ ਉਹ ਇੰਡੀਆ 'ਚ ਵੀ ਕਈ ਜਗ੍ਹਾ ਬਣਨ ਲੱਗ ਗਿਆ ਜੀ ਡੁਪਲੀਕੇਟ ਹਾਂ ਡੁਪਲੀਕੇਸੀ ਕਾਫੀ ਜਿਹੜੀ ਹੈਗੀ ਇਹਦੀ ਆਉਣ ਲੱਗ ਗਈ ਉਸ ਚੀਜ਼ ਤੋਂ ਜਿਹੜਾ ਹੈਗਾ ਫਾਰਮਰ ਨੂੰ ਬਚਣਾ ਚਾਹੀਦਾ ਜੀ ਕਈ ਕਟਰ ਜਿਹੜੇ ਬਣਾ ਰਹੇ ਆ ਲੋਕਲ ਲੋਕ ਕਹਿੰਦੇ ਆ ਜੀ ਅਸੀਂ ਵੀ ਬਿੱਟ ਬਲੇਡ ਲਾਉਂਦੇ ਹਾਂ ਜੀ ਹਾਲਾਂਕਿ ਇਸਦਾ ਜਿਹੜਾ ਰੇਟ ਹੈ ਪ੍ਰਾਈਜ਼ ਦੇ ਅਕੋਰਡਿੰਗ ਆਪਾਂ ਗੱਲ ਕਰ ਲਈਏ ਤਾਂ ਬਿੱਟ ਬਲੇਡ ਨਾਲੋਂ ਨੋਰਮਲ ਬਲੇਡ ਦਾ ਜਿਹੜਾ ਰੇਟ ਹੈ ਜੀ ਉਹ 3-4 ਗੁਣਾ ਸਸਤਾ ਜਿਹੜਾ ਆਪਣੀ ਕਾਪੀ ਹੋ ਰਹੀ ਹੈ ਜੀ ਹਾਂਜੀ ਹਾਂਜੀ ਇੱਕ ਫਾਰਮਰ ਕਿਸਾਨ ਨੂੰ ਨਹੀਂ ਪਤਾ ਹੁੰਦਾ ਬਿੱਟ ਦਾ ਨਹੀਂ ਪਤਾ ਲੱਗਦਾ ਭਾਈ ਜ਼ਰੂਰੀ ਚੀਜ਼ ਹੈ ਜਿਹੜੀ ਇਹਨਾਂ ਦੇ ਵਿੱਚ ਮੇਨ ਚੀਜ਼ ਤਾਂ ਬਲੇਡ ਹੀ ਪੈਂਦੀ ਹੈ ਕਟਰ ਦੇ ਵਿੱਚ ਇਹ ਵੀ ਹੁਣ ਕਾਪੀ ਜ਼ਿਆਦਾ ਹੋਣ ਲੱਗ ਗਈ ਆਪਣਾ ਇੰਡੀਆ ਸਾਰੀ ਚੀਜ਼ ਨੂੰ ਤਾਂ ਫਾਸਟ ਆ ਵੀ ਕਾਪੀ ਪਹਿਲਾਂ ਓਰੀਜਨਲ ਬਾਅਦ 'ਚ ਅਤੇ ਤੁਹਾਨੂੰ ਜਿਹੜਾ ਕਰਤਾਰ ਦੇ ਵਿੱਚ ਮਿਲੂ ਹਰ ਇੱਕ ਚੀਜ਼ ਜੈਨੂਅਨ ਮਿਲੂਗੀ ਕੁਆਲਿਟੀ ਦੀ ਮਿਲੂਗੀ ਨੰਬਰ 1 ਕੁਆਲਿਟੀ ਜਿਹੜੀ ਹੈਗੀ ਜਿਵੇਂ ਬਿੱਟ ਬਲੇਡ ਜੇ ਤੁਹਾਨੂੰ ਇਟਾਲੀਅਨ ਬਲੇਡ ਕਹਿ ਕੇ ਦੇ ਰਹੇ ਹਾਂ ਤਾਂ ਇਟਾਲੀਅਨ ਹੀ ਬਿੱਟ ਬਲੇਡ ਹੋਏਗਾ ਅੱਛਾ ਜੀ ਇਹ ਤਾਂ ਗਰੰਟੀ ਦਿੰਦੇ ਹੋਣੇ ਆ ਬਿਲਕੁਲ ਬਿਲਕੁਲ ਇਹਦੇ ਹਾਰਵੈਸਟਿੰਗ ਦਾ ਅਤੇ ਇਹਦੀ ਕਟਾਈ ਦਾ 3 ਗੁਣਾ ਫਰਕ ਹੈ ਜੀ ਜੀ ਫਰਜ਼ ਕਰੋ ਉਹ ਜਿਹੜਾ ਕਟਰ ਹੈ ਆਪਣੇ ਬਲੇਡ ਹੈਗੇ ਉਸ ਕਟਰ ਦੇ ਲੱਗੇ ਹੁੰਦੇ ਆ ਹਾਂਜੀ ਉਹ ਤਕਰੀਬਨ 2-250 ਕਿੱਲੇ ਕੱਟ ਕੇ ਈਵਨ ਕਿ 150-200 ਤੀ ਖਤਮ ਹੋ ਜਾਂਦੇ ਆ ਹਾਂਜੀ ਹਾਂਜੀ ਟਾਂਡਾ ਰੁਕਣ ਲੱਗ ਜਾਂਦਾ ਬਲੇਡਾਂ ਦੀ ਕੁਆਲਿਟੀ ਹੈ ਜਿਹੜੀ ਖਤਮ ਹੋ ਜਾਂਦੀ ਹੈ ਮਾੜੇ ਬਲੇਡ ਦੀ ਨਿਸ਼ਾਨੀ ਹੈ ਹਾਂਜੀ ਇਹ ਉਹਦੇ ਨਾਲ ਉਹ 3 ਗੁਣਾ ਜ਼ਿਆਦਾ ਟਾਈਮ ਚੱਲਦੇ ਆ ਵੀ ਜੇ ਬਲੇਡ ਮਾੜਾ ਹੋਊਗਾ ਤਾਂ ਇਹ ਘਸੂਗਾ ਘਸੂਗਾ ਜੀ ਅਤੇ ਉਹਦੇ ਨਾਲ ਕੀ ਆ ਟਾਂਡੇ ਦੇ ਜਿਹੜੇ ਹੈਗਾ ਰੁਕਣ ਲੱਗ ਜਾਂਦਾ ਟਾਂਡਾ ਫਸਣ ਲੱਗ ਜਾਂਦਾ ਉਹਦੇ ਨਾਲ ਕੀ ਆ ਜਾਂ ਵੱਢਣ ਲੱਗ ਜਾਂਦਾ ਫਿਰ ਹਾਂਜੀ ਹਾਂਜੀ ਜੇ ਗੈਪ ਵੀ ਜ਼ਿਆਦਾ ਤਾਂ ਵੀ ਵੱਢਣ ਲੱਗ ਜਾਂਦਾ ਹਾਂ ਇਹਦਾ ਇੱਕੋ ਹੀ ਜਿਹੜਾ ਹੈਗਾ ਮੇਨ ਪੈਟਰਨ ਹੁੰਦਾ ਵੀ ਟਾਂਡਾ ਜਿਹੜਾ ਹੈਗਾ ਜੀ ਉਹ ਮਸ਼ੀਨ ਦੇ ਅੰਦਰ ਨਹੀਂ ਜਾਣਾ ਚਾਹੀਦਾ ਬਾਕੀ ਆਪਣੇ ਕੋਲ ਹੈਗਾ ਹੁਣ ਤੁਸੀਂ ਦੋ ਸੀਜ਼ਨ ਹੋ ਗਏ ਬਲੇਡ ਉੱਦਾਂ ਉੱਦਾਂ ਹੀ ਖੜੇ ਆ ਉੱਦਾਂ ਹੀ ਖੜੇ ਆ ਉੱਦਾਂ ਹੀ ਖੜੇ ਆ ਪੂਰਾ ਇੱਕ ਥੋੜ੍ਹੇ ਜਿਹੇ ਨਾਲ ਲਾਉਣੇ ਪੈਣੇ ਆ ਬਸ ਇੰਨੇ ਬਲੇਡ ਵਧੀਆ ਚੱਲਦੇ ਆ ਇਹਦੇ ਵਿੱਚ ਚੱਲ ਹੁੰਦੀ ਆ ਚੱਲ ਦੇ ਨਾਲ ਤੁਸੀਂ ਜਿਹੜਾ ਹੈਗਾ ਉਹਨੂੰ ਥੋੜ੍ਹਾ ਅੱਗੇ ਪਿੱਛੇ ਕਰ ਸਕਦੇ ਹੋ ਤੁਸੀਂ ਖੁਦ ਚਲਾ ਰਹੇ ਹੋ
ਜੀ ਤੇ ਦੋ ਸੀਜ਼ਨਾਂ ਦੇ ਵਿੱਚ ਮੇਰਾ ਖਿਆਲ ਤੁਸੀਂ ਤਕਰੀਬਨ ਜ਼ਿਆਦਾ ਨਹੀਂ ਤਾਂ 500-600 ਦੇ ਨੇੜੇ ਕੱਟ ਲਿਆ ਹੋਣਾ, ਜ਼ਿਆਦਾ ਕੱਟ ਲਿਆ 700-800 ਕਿੱਲਾ ਕੱਟਤਾ। ਤੇ ਤੁਸੀਂ ਆਪ ਦੱਸ ਰਹੇ ਹੋ ਕਿ ਜਿਹੜਾ ਬਲੇਡ ਹੈ ਉਹ ਬਿਲਕੁਲ ਤਕਰੀਬਨ ਹਜੇ ਬਲੇਡ ਨਹੀਂ ਖਰਾਬ ਹੋਇਆ ਹਜੇ ਤੱਕ ਵੀ, ਉਹ ਨਹੀਂ ਖੜਾ ਨਾਲ ਦਾ ਹੀ ਹੈ, ਕੰਪਨੀ ਜਿਹੜੇ ਲੈ ਗਏ ਤੇ ਨਾ ਕੋਈ ਟੁੱਟਿਆ ਨਾ ਵਾਸਤੇ ਜਿਹੜੇ ਲੈ ਗਏ ਤੇ ਬਸ ਉੱਕਣੇ ਲੱਗੇ ਹੋਏ। ਇਹ ਦੇਖੋ ਇਟਾਲੀਅਨ ਬਿੱਟ ਬਲੇਡ ਦਾ ਹੀ ਫਾਇਦਾ ਜੀ, ਘੱਟੋ ਘੱਟ ਤੁਸੀਂ ਜਿਵੇਂ ਗੱਲ ਕਰ ਰਹੇ ਹੋ 2-3 ਸੀਜ਼ਨ ਤੱਕ ਤੁਹਾਨੂੰ ਇਹਨਾਂ ਚੀਜ਼ਾਂ ਦੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ। ਚਾਈਨ ਜਿਹੜੀ ਉਹ ਟਾਈਟਰ ਦਿੱਤੇ ਹੋਏ ਆ, ਚਾਈਨ ਟਾਈਟਰ ਹੈਗੇ ਆ, ਤੁਸੀਂ ਜੇ ਕਿਤੇ ਹਲਕੀ ਫੁਲਕੀ ਇਹ ਢਿੱਲੀ ਹੁੰਦੀ ਹੈ ਤਾਂ ਤੁਸੀਂ ਕੱਸ ਸਕਦੇ ਹੋ। ਦੂਸਰਾ ਜਿਹੜੇ ਟਾਪਿਆਂ ਦੇ ਅਸੀਂ ਸਿੰਗਲ ਬੋਲਟ ਦਿੱਤੇ ਆ। ਅੱਛਾ, ਮੰਨ ਲਓ ਜਿਵੇਂ ਇਹ ਪੂਰੇ ਕਵਰ ਹੁੰਦੇ ਆ ਪਹਿਲਾਂ ਵਾਲੇ ਦੇ? ਹਾਂ, ਪਹਿਲਾਂ ਕੀ ਸੀ ਜੀ, ਉਹਦੇ ਤਿੰਨ ਇੱਕ ਇੱਥੇ ਤਿੰਨ ਬੋਲਟ ਇੱਧਰ ਲੱਗਦੇ ਸੀ, ਤਿੰਨ ਬੋਲਟ ਇੱਧਰ ਲੱਗਦੇ ਸੀ, ਟਾਈਮ ਲੱਗਦਾ ਸੀ ਉਹਦੇ ਨਾਲ। ਜੇ ਤੁਹਾਨੂੰ ਖੋਲ੍ਹਣਾ ਪੈਂਦਾ ਸੀ ਕਿਤੇ ਸੀਜ਼ਨ ਦੇ ਅੰਦਰ ਤਾਂ 6 ਨਟ ਖੋਲ੍ਹਣੇ ਪੈਂਦੇ ਸੀ ਜੀ, ਹੁਣ ਇਹਦੇ ਸਿੰਗਲ ਸਿੰਗਲ ਨਟ ਕਰਤਾ ਥੱਲੇ, ਇੱਕ ਆਹ ਲਾਤਾ ਇੱਕ ਇੱਧਰ। ਜੀ ਜੀ ਜੀ, ਇੱਥੋਂ ਤੁਸੀਂ ਇਹਨੂੰ ਚੱਕ ਕੇ ਆਪਣਾ ਜਿਹੜਾ ਵੀ ਕੰਮ ਕਰਨਾ ਕਰ ਸਕਦੇ ਹੋ। ਥੱਲੇ ਇਹਦੇ ਸਟੈਂਡ ਲਈ ਇੱਕ ਅਸੀਂ ਹੋਲਡਰ ਵੀ ਲਾਤਾ। ਅੱਛਾ, ਮਤਲਬ ਇਹਨੂੰ ਸਾਰਾ ਕੰਪਲੀਟ ਟਾਪਾਂ ਚੱਕ ਕੇ, ਕੰਪਲੀਟ ਟਾਪਾਂ ਚੱਕ ਕੇ ਤੁਸੀਂ ਇਹਨੂੰ ਹੋਲਡ ਕਰਕੇ ਆਪਣਾ ਜਿਹੜਾ ਵੀ ਕੰਮ ਕਰਨਾ। ਇਹਦੇ ਨਾਲ ਕੀ ਆ, ਜਿਹੜਾ ਹੈਗਾ ਕਈ ਵਾਰੀ ਕੋਈ ਤੁਸੀਂ ਚੈਨ ਟਾਈਟ ਕਰਨੀ ਆ ਜਾਂ ਕੋਈ ਚੀਜ਼ ਚੈਨ ਖਰਾਬ ਹੋ ਗਈ ਜਾਂ ਉੱਤਰ ਗਈ ਬਦਲਣੀ ਆ, ਜਿਹੜਾ ਵੀ ਕੋਈ ਤੁਸੀਂ ਉਹ ਜਿਹੜੀਆਂ ਐਡਜਸਟਮੈਂਟ ਹੈਗੀ ਆ ਉਹਨੂੰ ਸੈੱਟ ਕਰਨਾ, ਉਹਦੇ ਨਾਲ ਜਿਹੜਾ ਜ਼ਿਮੀਦਾਰ ਦਾ ਟਾਈਮ ਬਚੇ। ਹੋਣਾ ਪੈਂਦਾ ਤਾਂ ਇਹ ਟਾਪੇ ਥੱਲੇ ਲਾਉਣੇ ਪੈਂਦੇ ਸੀ? ਨਹੀਂ, ਉਹਨੂੰ ਲੋੜ ਨਹੀਂ ਹੈਗੀ ਜੀ, ਬਿਲਕੁਲ ਤੁਸੀਂ ਇਹਨੂੰ ਉੱਪਰ ਪਾਣੀ ਮਾਰ ਕੇ ਨਾ ਅੰਦਰ ਖੜਾ ਕਰ ਲੈਂਦੇ। ਬਿਲਕੁਲ ਬਿਲਕੁਲ, ਤੇ ਇਹਦੀ ਸਾਈਡ ਜਿਹੜੀ ਹੈਗੀ ਆ ਪਹਿਲਾਂ ਨਾ ਉਹਦੀ ਹਾਈਟ ਥੋੜ੍ਹੀ ਜਿਹੀ ਵਧਾਈ ਗਈ ਆ ਕਿ ਛੱਲੀ ਬਾਹਰ ਨਾ ਜਾਵੇ ਜੀ। ਸ਼ੀਲਡ ਦੀ ਜਿਹੜੀ ਅਸੀਂ ਆਪਾਂ ਦੇਖ ਰਹੇ ਹਾਂ ਨਾ ਸਾਈਡ ਹੈ ਜੀ, ਇਹਦੀ ਹਾਈਟ ਥੋੜ੍ਹੀ ਪਹਿਲਾਂ ਨਾਲੋਂ ਆਹ ਥੋੜ੍ਹੀ ਜਿਹੀ ਵਧਾਈ ਗਈ। ਹਾਂਜੀ ਹਾਂਜੀ ਜੀ ਜੀ, ਇੱਥੋਂ ਕਈ ਵਾਰ ਕੀ ਹੁੰਦਾ ਛੱਲੀ ਟੱਪ ਕੇ ਇੱਧਰ ਆ ਜਾਂਦੀ ਸੀ। ਹਾਂਜੀ ਹਾਂਜੀ, ਉਹ ਇਹਦੀ ਥੋੜ੍ਹੀ ਜਿਹੀ ਜਿੰਨੀ ਕੁ ਸਾਨੂੰ ਲੱਗਿਆ ਉਹ ਥੋੜ੍ਹੀ ਹਾਈਟ ਇਹਦੀ ਵੱਧ ਕੀਤੀ ਗਈ ਆ ਪਹਿਲਾਂ ਨਾਲੋਂ। ਉਹ ਤਾਂ ਦੂਰ ਲੋੜੇ ਕਰਕੇ ਹਾਂ, ਇਹਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਰਹੇ ਹੋ ਪੂਰੇ ਦਾ ਪੂਰਾ ਸਾਈਡ ਤੋਂ ਚੇਂਜ ਹੋ ਚੁੱਕਿਆ। ਮਤਲਬ ਆਹ ਦੋ ਨਾਟ ਖੋਲ ਕੇ ਖੁੱਲ ਜਾ ਕਰੂ ਸ਼ੀਲਡ ਇੱਧਰਲੀ, ਜੇ ਤੁਸੀਂ ਇੱਧਰਲੀ ਸਾਈਡ 'ਤੇ ਕੁਰਾਰੀਆਂ ਦਾ ਕੋਈ ਚੈੱਕ ਕਰਨੀ ਆ ਜਾਂ ਕੋਈ ਤੇਲ ਗਰੀਸ ਕਰਨਾ ਤਾਂ ਤੁਸੀਂ ਇੱਧਰੋਂ ਖੋਲ ਸਕਦੇ ਹੋ, ਜੇ ਫਰੰਟ 'ਤੇ ਕੋਈ ਕੰਮ ਕਰਨਾ ਤੁਸੀਂ ਤਾਂ ਉਹ ਚੱਕ ਕੇ ਉੱਧਰੋਂ ਖੋਲ ਸਕਦੇ ਹੋ। ਵੱਡੀ ਸ਼ੀਲਡ ਖੋਲ੍ਹਣ ਵੇਲੇ ਥੋੜ੍ਹੀ ਦਿੱਕਤ ਆਉਂਦੀ ਸੀ ਜੀ, ਇੱਕ ਇਹ ਚੀਜ਼ ਆ ਜਿਹੜੀ ਇਹਦੀ ਸਾਫਟ ਨੂੰ ਹੋਲਡ ਕਰਨ ਲਈ ਹੈਵੀ ਮੋਟੀ ਪਲੇਟ ਦੇ ਵਿੱਚੋਂ ਅਸੀਂ ਸਾਰਾ ਸਿਸਟਮ ਜਿਹੜਾ ਬਣਾਇਆ। ਆਮ ਚੈਨਰ ਲੱਗੇ ਹੁੰਦੇ ਆ ਜਾਂ ਹਲਕਾ ਜਿਹਾ ਸ਼ੀਟ ਕੱਟ ਕੇ ਲਾਉਂਦੇ ਆ, ਇਹ ਪੂਰੀ ਜਿਹੜੀ ਹੈਗੀ ਆ ਅਸੀਂ ਪਲੇਟ ਦੇ ਵਿੱਚੋਂ ਇਹ ਵੀ ਬਣਾਇਆ, ਅਤੇ ਉੱਧਰ ਵੀ ਤੁਸੀਂ ਸੇਮ ਚੀਜ਼ ਦੇਖੋਗੇ, ਦੋਨੇ ਘੋੜੀਆਂ ਸੇਮ ਬਣਾਤੀਆਂ। ਹਾਂਜੀ ਹਾਂਜੀ, ਡਬਲ ਵਾਇਰਿੰਗ ਜੀ ਜੀ, ਬੈਲਟ ਚੜਾਉਣ ਲਈ ਆ ਅਸੀਂ ਜਿਹੜਾ ਹੈਗਾ ਨਾਲ ਇਹਦੇ ਕਲਿੱਪਰ ਲਾਤਾ ਇਹਦੇ ਵਿੱਚ। ਇਹ ਜਿਹੜੀ ਇੱਕ ਨਵੀਂ ਚੀਜ਼ ਐਡ ਕਰ ਦਿੱਤੀ ਜੀ ਇਸ ਵਾਰੀ, ਇਹਦੇ ਨਾਲ ਘੋੜੀਆਂ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ ਇਹਨੂੰ, ਮਤਲਬ ਹੋਲਡਰ ਸਿਸਟਮ ਸਟੈਂਡ ਕਹਿ ਸਕਦੇ ਹਾਂ, ਅਤੇ ਇਹਨੂੰ ਜਿਹੜਾ ਹੈਗਾ ਜੀ ਕਈ ਵਾਰ ਜਿਹੜਾ ਫੀਲਡ ਦੇ ਵਿੱਚ ਸਾਨੂੰ ਕਟਰ ਉਤਾਰਨਾ ਪੈਂਦਾ ਸੀ ਜੀ, ਅਤੇ ਇਹਨੂੰ ਤੁਸੀਂ ਖੇਤ ਦੇ ਵਿੱਚ ਹੀ ਉਤਾਰ ਸਕਦੇ ਹੋ ਜਾ ਕੇ, ਅਤੇ ਬਾਹਰ ਉਤਾਰਨਾ ਟਰਾਲਾ ਜਿਹੜਾ ਹੈਗਾ ਤੁਹਾਡਾ ਦੂਰ ਖੜਾ। ਆਹ ਰੋਗ ਚੱਕੇ ਦਿੱਤਾ ਹੋਣਾ। ਹਾਂਜੀ ਹਾਂਜੀ, ਮੰਨ ਲਓ ਮਸ਼ੀਨ ਵੀ ਕਿਤੇ ਆਪਾਂ ਖੜੀ ਕਰਨੀ ਆ ਰਾਤ ਨੂੰ, ਜੇ ਮੰਨ ਲਓ ਘੋੜੀ ਤਾਂ ਲਾਤੀ ਜੀ ਵੀ ਆਪਣਾ ਕਟਰ ਲਾਉਣਾ ਜਾਂ ਫੀਲਡ ਖੇਤ ਦੇ ਵਿੱਚ ਕੰਮ ਕਰਨਾ ਤਾਂ ਆਪਾਂ ਲਾ ਕੇ ਮਸ਼ੀਨ ਦਾ ਕੰਮ ਕਰ ਸਕਦੇ। ਕਈ ਵਾਰੀ ਤੁਸੀਂ ਕੋਈ ਫੀਡਰ ਦੀਆਂ ਚੈਨਾਂ ਚੈੱਕ ਕਰਨੀਆਂ ਨੇ ਖੇਤ ਦੇ ਵਿੱਚ, ਕਟਰਾਲਾ ਤੁਹਾਡਾ ਦੂਰ ਖੜਾ ਜੀ, ਜਾਂ ਕਈ ਵਾਰੀ ਤੁਸੀਂ ਕੋਈ ਫੀਡਰ ਚੈੱਕ ਕਰਨਾ ਜਾਂ ਥਰੈਸ਼ਰ ਦੇ ਵਿੱਚ ਕੋਈ ਤੁਹਾਨੂੰ ਲੋੜ ਪੈ ਗਈ ਕਿਸੇ ਚੀਜ਼ ਦੀ ਚੈੱਕ ਕਰਨ ਦੀ, ਤਾਂ ਖੇਤ ਦੇ ਵਿੱਚ ਤੁਹਾਨੂੰ ਦੂਰੋਂ ਟਰਾਲਾ ਲੈ ਕੇ ਆਉਣ ਦੀ ਜ਼ਰੂਰਤ ਨਹੀਂ, ਤੁਹਾਡਾ ਟਾਈਮ ਬਚੂਗਾ। ਇਹ ਨਟ ਖੋਲ੍ਹ ਕੇ ਤੁਸੀਂ ਇਹਨੂੰ ਘੋੜੀ ਦੇ ਨਾਲ ਹੋਲਡ ਕਰ ਸਕਦੇ ਹੋ,
ਉਸ ਤੋਂ ਬਾਅਦ ਜਿਹੜਾ ਫੀਡਰ ਹੈਗਾ ਉੱਥੋਂ ਹੀ ਉਹਨੂੰ ਚੱਕ ਲੂਗਾ ਜੀ ਫਿਰ ਦੇਖੋ ਟੋਆ ਟੂਆ ਕੱਢਣੇ ਹਾਂ ਉਨੇ ਸਪੇਸ ਦੇ ਉੱਤੇ ਇਹਨੂੰ ਆਪਾਂ ਜਿੱਥੇ ਤੱਕ ਫੀਡਰ ਨੇ ਚਲੇ ਜਾਣਾ ਉਦੋਂ ਬਾਅਦ ਇਹਨੂੰ ਪਿੰਨ ਪਾ ਕੇ ਤੁਸੀਂ ਉੱਥੇ ਹੋਲਡ ਕਰ ਸਕਦੇ ਹੋ ਉਦੋਂ ਬਾਅਦ ਫੀਡਰ ਨੇ ਆ ਕੇ ਐਜ਼ ਇਟ ਇਜ਼ ਜਿਹੜਾ ਹੈਗਾ ਕਟਰ ਨੂੰ ਚੱਕ ਲੈਣਾ ਠੀਕ ਹੈ ਜੀ ਠੀਕ ਹੈ ਜੀ ਇਹ ਹਰ ਇੱਕ ਮਸ਼ੀਨ ਦੇ ਲਈ ਅਸੀਂ ਜਿਹੜਾ ਹੈਗਾ ਪ੍ਰੋਵਾਈਡ ਕਰਾਉਂਦੇ ਹਾਂ ਕੰਬਾਈਨ ਕੋਈ ਵੀ ਹੋਵੇ ਕੋਈ ਕਿਸੇ ਵੀ ਕੰਬਾਈਨ 'ਤੇ ਕੋਈ ਵੀ ਕਿਸਾਨ ਵੀਰ ਕਟਰ ਲੈਣਾ ਚਾਹੁੰਦਾ ਕਰਤਾਰ ਦਾ ਤਾਂ ਉਹ ਅਵੇਲੇਬਲ ਮਿਲ ਜਾਂਦਾ ਇਹਦੀ ਐਡਜਸਟਮੈਂਟ ਵੀ ਬਹੁਤ ਸੁਖਾਲੀ ਕਰ ਦਿੱਤੀ ਉਹਦੇ ਅੰਦਰ ਚੱਲਾਂ ਦਿੱਤੀਆਂ ਅਤੇ ਹਲਕੀ ਜਿਹੀ ਐਡਜਸਟਮੈਂਟ ਤੋਂ ਬਾਅਦ ਜਿਹੜਾ ਹੈਗਾ ਕਿਸੇ ਵੀ ਫੀਡਰ ਦੇ ਨਾਲ ਇਹਨੂੰ ਅਟੈਚ ਕਰ ਸਕਦੇ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਗਰੀਸ ਦੀ ਬੜੀ ਸਮੱਸਿਆ ਆਉਂਦੀ ਜੀ ਪਹਿਲਾਂ ਆਪਣੇ ਕਟਰ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਫਿਰ ਉਹਦਾ ਕੋਈ ਹੱਲ ਕਰਿਆ ਕਿ ਨਹੀਂ ਉਹਦੇ ਸਰ ਗਰੀਸ ਆਉਂਦਾ ਕਰਤਾ ਜੀ ਜਿਵੇਂ ਗਰਾਰੀਆਂ ਦੇ ਵਿੱਚ ਤੁਸੀਂ ਇੱਥੇ ਦੇਖੋਗੇ ਨਾ ਇਹ ਗਰੀਸ ਲਈ ਸਪੈਸ਼ਲ ਇਹਦੇ ਹੈਗਾ ਸੁਰਾਖ ਮਾਰ ਕੇ ਅੱਛਾ ਇਹਦੇ ਵਿੱਚ ਹਾਂਜੀ ਹਾਂਜੀ ਗਰਾਰੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਉੱਪਰੋਂ ਦੇਖ ਸਕਦੇ ਹੋ ਸੁਰਾਖ ਜਿਹੜਾ ਹੈਗਾ ਪੈਂਦਾ ਕਰਤਾ ਗਰੀਸ ਆਏਗਾ ਪ੍ਰੋਪਰਲੀ ਬਾਕੀ ਜਿਹੜਾ ਇੱਥੇ ਬੈਰਿੰਗ ਪੈਂਦਾ ਸੀ 6205 ਦਾ ਜੀ ਸਿੰਗਲ ਬੈਰਿੰਗ ਹਾਂਜੀ ਹਾਂਜੀ ਉਹ ਹੁਣ ਡਬਲ ਕਰਤਾ ਜੀ ਅੱਛਾ ਉਰੇ ਹਾਂਜੀ ਹਾਂਜੀ ਪਹਿਲਾਂ ਸਿੰਗਲ ਪਾਉਂਦੇ ਸੀ ਸਿੰਗਲ ਪੈਂਦਾ ਸੀ ਜੀ ਤਕਰੀਬਨ ਜ਼ਿਆਦਾਤਰ ਕਟਰਾਂ ਦੇ ਅੱਜ ਵੀ ਸਿੰਗਲ ਹੀ ਪੈ ਰਿਹਾ ਆਪਾਂ ਜਿਹੜਾ ਹੈਗਾ ਇੱਥੇ ਡਬਲ ਬੈਰਿੰਗ ਕਰਤਾ ਜੀ ਡਬਲ ਬੈਰਿੰਗ ਨਾਲ ਕੀ ਆ ਇੱਥੇ ਜਿਹੜਾ ਘਾਹ ਫਸਣ ਦੀ ਦਿੱਕਤ ਆਉਂਦੀ ਸੀ ਉਹ ਬਿਲਕੁਲ ਖਤਮ ਹੋ ਗਈ ਅੱਛਾ ਜਿਹੜਾ ਗੈਪ ਤਾਂ ਉਹ ਬੰਦ ਪੂਰਾ ਗੈਪ ਖਤਮ ਹੋ ਗਿਆ ਅਤੇ ਡਬਲ ਬੈਰਿੰਗ ਦੀ ਵੈਸੇ ਵੀ ਲਾਈਫ ਜਿਹੜੀ ਹੈਗੀ ਆ ਜ਼ਿਆਦਾ ਰਹੂਗੀ ਠੀਕ ਹੈ ਜੀ ਬਾਕੀ ਇਹ ਚੀਜ਼ਾਂ ਸਪੋਰਟ ਲਾਤੀਆਂ ਨੀਚੇ ਜਿਹੜੀਆਂ ਆਹ ਚੀਜ਼ਾਂ ਤੁਸੀਂ ਦੇਖ ਰਹੇ ਹੋ ਆਹ ਵੀ ਇਹਦੇ ਸਪੋਰਟਾਂ ਵਧਾਤੀਆਂ ਨੇ ਪਹਿਲਾਂ ਨਾਲੋਂ ਪਹਿਲਾਂ 3 ਲੱਗਦੀਆਂ ਸੀ ਹੁਣ ਇਹ 4 ਕਰਤੀਆਂ ਆਹ ਬਲੇਟਾਂ ਜਿਹੜੇ ਬਿੱਟ ਵਾਲੇ ਬਲੇਟ ਆ ਇਹਨੂੰ ਕਹਿੰਦੇ ਆ ਬਿੱਟ ਵਾਲਾ ਬਲੇਟ ਹਾਂਜੀ ਆਹ ਲੱਗੇ ਹੋਏ ਬਿੱਟਾਂ ਇੱਕ ਇਹਦੇ ਸਾਹਮਣੇ ਬਿਲਕੁਲ ਬਲੇਡ ਲੱਗਦਾ ਕਰਤਾ ਜੀ ਉਹ ਪਿੱਛੇ ਹਾਂਜੀ ਅਦਰਵਾਈਜ਼ ਕੋਈ ਟਾਂਡਾ ਸਿਰੇ ਤੱਕ ਜਾਂਦਾ ਵੀ ਹੈ ਕੋਈ ਕੋਈ ਪੀਸ ਤਾਂ ਉਹਨੂੰ ਬਿਲਕੁਲ ਉੱਥੇ ਫਸੇਗਾ ਨਹੀਂ ਕੱਟ ਦੇਗਾ ਠੀਕ ਹੈ ਜੀ ਠੀਕ ਹੈ ਜੀ ਅਤੇ ਇਹਦੀ ਬਾਡੀ ਜਿਹੜੀ ਹੈਵੀ ਕੀਤੀ ਆ ਉਹਦੇ ਨੀਚੇ ਜਿਹੜਾ ਹੈਗਾ ਨਾ ਕਟਰ ਬਹੁਤ ਜ਼ਿਆਦਾ ਹੈਵੀ ਹੁੰਦਾ ਜੀ ਇਹ ਵਜ਼ਨ ਇਹਦਾ ਜ਼ਿਆਦਾ ਹੁੰਦਾ ਇਹਦੇ ਨੀਚੇ ਜਿਹੜੀਆਂ ਸਪੋਟਾਂ ਆਪਾਂ ਵਧਾਤੀਆਂ ਪਹਿਲਾਂ ਨਾਲੋਂ ਜੀ ਆਹ ਸਪੋਟਾਂ ਜਿਹੜੀਆਂ ਹੈਗੀਆਂ ਅੱਛਾ ਜੀ ਹਾਂਜੀ ਇਹ ਪਹਿਲਾਂ 4 ਸਪੋਟਾਂ ਲੱਗਦੀਆਂ ਸੀ ਹੁਣ ਇਹ 5 ਕਰਤੀਆਂ ਅਤੇ ਇਹਨਾਂ ਦੇ ਨਾਲ ਜਿਹੜੇ ਹੈਗੇ ਆ ਇਹ ਸਾਈਡਾਂ ਤੋਂ ਆਪਾਂ ਨੇ ਹੋਰ ਪੀਸ ਮਜ਼ਬੂਤ ਕਰਤਾ ਹੋਰ ਕਟਰ ਵਜਨ ਵਧਾਤਾ 2 ਕੁਇੰਟਲ ਹੋਰ ਮਜ਼ਬੂਤ ਹੋ ਗਿਆ ਜੀ ਹਾਂਜੀ ਤਾਂ ਜਿਹੜਾ ਹੈਗਾ ਕਈ ਵਾਰੀ ਝੁਕੇ ਨਾ ਕਟਰ ਠੀਕ ਬਾਕੀ ਇਹ ਨਾ ਬਾਈ ਜੀ ਨੇ ਆਪਾਂ ਨੂੰ ਕਟਰ ਦੀ ਜਾਣਕਾਰੀ ਦਿੱਤੀ ਤਾਂ ਤੁਸੀਂ ਜੇ ਕਟਰ ਹੈ ਨਾ ਕੋਈ ਮੇਰਾ ਵੀਰ ਜਾਂ ਬੁੱਕ ਜਾਂ ਦੇਖਣ ਆ ਸਕਦਾ ਕਰਤਾਰ ਕੰਬਾਈਨ ਇੰਡਸਟਰੀ ਦੇ ਵਿੱਚ ਭਾਰਸੋਂ ਬਾਕੀ ਆਪਣਾ ਕਨੈਕਟ ਨੰਬਰ ਦੱਸ ਦਿਓ ਜੀ ਕੋਈ ਜੀ ਸਾਰੇ ਕਿਸਾਨ ਵੀਰਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਕੋਈ ਵੀ ਕਿਸਾਨ ਵੀਰ ਜਿਹੜਾ ਕਟਰ ਖਰੀਦਣਾ ਚਾਹੁੰਦਾ ਅਤੇ ਉਹ ਇੱਕ ਵਾਰੀ ਖਰੀਦਣ ਤੋਂ ਪਹਿਲਾਂ ਸਾਡੀ ਕੰਪਨੀ ਜ਼ਰੂਰ ਆਵੇ ਆ ਕੇ ਦੇਖੇ ਅਸੀਂ ਕੀ ਬੈਸਟ ਦੇ ਰਹੇ ਹਾਂ ਲੋਕਾਂ ਨਾਲੋਂ ਕੀ ਵਧੀਆ ਦੇ ਰਹੇ ਹਾਂ ਵਧੀਆ ਰੇਟ ਦੇ ਵਿੱਚ ਮਤਲਬ ਜਿਹੜਾ ਹੈਗਾ ਜਾਇਜ਼ ਰੇਟ ਦੇ ਵਿੱਚ ਇੱਕ ਵਧੀਆ ਕੁਆਲਿਟੀ ਦਾ ਕਟਰ ਜਿਹੜਾ ਹੈਗਾ ਕਿਸਾਨਾਂ ਨੂੰ ਦੇਵਾਂਗੇ ਜੀ ਅਤੇ ਕੋਈ ਵੀ ਕਟਰ ਜਿਹੜਾ ਬੰਦਾ ਖਰੀਦਣਾ ਕਿਸਾਨ ਵੀਰ ਨੇ ਉਹ ਸਾਡੇ ਕੋਲ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੇ ਅਸੀਂ ਕੰਪਨੀ ਦਾ ਟੋਲ ਫਰੀ ਨੰਬਰ ਦੇ ਰਹੇ ਹਾਂ ਜੇਕਰ ਪਹਿਲਾਂ ਤੁਸੀਂ ਕਾਲ ਕਰਕੇ ਟਾਈਮ ਲੈ ਕੇ ਆਉਣਾ ਚਾਹੁੰਦੇ ਹੋ ਟਾਈਮ ਲੈ ਕੇ ਆ ਸਕਦੇ ਹੋ ਵੈਸੇ ਹਮੇਸ਼ਾ ਅਸੀਂ ਵੈਲਕਮ ਕਰਦੇ ਹਾਂ ਸਾਡਾ ਨੰਬਰ ਹੈਗਾ ਜੀ 1800-309-3636 ਮੈਂ ਦੁਬਾਰਾ ਬੋਲ ਦਿੰਦਾ ਜੀ 1800-309-3636 ਟੋਲ ਫਰੀ ਨੰਬਰ ਹੈ ਇੱਥੇ ਤੁਸੀਂ ਕਿਸੇ ਵੀ ਟਾਈਮ ਕਾਲ ਕਰਕੇ ਸਾਡੇ ਕੋਲ ਆ ਸਕਦੇ ਹੋ ਸਾਰੇ ਕਿਸਾਨ ਵੀਰਾਂ ਨੂੰ ਵੈਲਕਮ ਕਦੋਂ ਵੀ ਤੁਸੀਂ ਫੈਕਟਰੀ ਆ ਕੇ ਸਾਡੇ ਪ੍ਰੋਡਕਟਾਂ ਬਾਰੇ ਜਾਣਕਾਰੀ ਲਓ ਅਤੇ ਉਸ ਤੋਂ ਬਾਅਦ ਹੀ ਕੋਈ ਵੀ ਕਟਰ ਖਰੀਦੋ ਤਾਂ ਕਿ ਆਪਾਂ ਨੂੰ ਹਰ ਇੱਕ ਚੀਜ਼ ਦੀ ਨੌਲੇਜ ਹੋਵੇ ਕਈ ਵਾਰੀ ਕੀ ਹੁੰਦਾ ਅਗਲਾ ਕਹਿੰਦਾ ਜੀ ਉਹ ਕਟਰ ਵਧੀਆ ਜੀ ਉਹ ਕਟਰ ਵਧੀਆ ਕਟਰ ਚਲੋ ਸਾਰੇ ਕੰਪਨੀ ਆਪਣੇ ਵਧੀਆ ਹਾਂ ਬਿਲਕੁਲ ਅਸੀਂ ਕੀ ਵਧੀਆ ਦੇ ਰਹੇ ਹਾਂ ਅਸੀਂ ਹਾਂ ਬਿਲਕੁਲ ਰੀਜਨੇਬਲ ਰੇਟ 'ਤੇ ਇੱਕ ਬਹੁਤ ਵਧੀਆ ਪ੍ਰੋਡਕਟ ਬਣਾ ਕੇ ਦੇ ਰਹੇ ਹਾਂ ਜੀ ਸਾਰਿਆਂ ਦਾ ਧੰਨਵਾਦ ਜੀ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ। ਬਾਕੀ ਜੇ ਮੇਰਾ ਵੀਰ ਹੈ ਨਾ ਕੋਈ ਕਟਰ ਦੀ ਜਾਣਕਾਰੀ ਲੈਣਾ ਚਾਹੁੰਦਾ, ਜਿਵੇਂ ਵੀਰ ਉਹਨਾਂ ਦੱਸਿਆ ਵੀ ਕੰਪਨੀ ਆ ਕੇ ਪਹਿਲਾਂ ਤੁਸੀਂ ਕਟਰ ਦੀ ਕੁਆਲਿਟੀ ਜਾਂ ਕੰਮ ਹੈ ਨਾ ਕੋਈ ਵੀ ਚੀਜ਼ ਚੈੱਕ ਕਰਕੇ ਫਿਰ ਆ ਕੇ ਗੱਲਬਾਤ ਕਰਿਓ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਸਾਡੀ ਵੀਡੀਓ ਦੇਖਣ ਲਈ।